ਚਬਾਰਾ ਬਣਦਾ ਨਹੀਂ ਹੈਗਾ ਜੇ ਕੋਈ ਪਾਉਂਦਾ ਨੁਕਸਾਨ ਹੋ ਜਾਂਦਾ ਕੋਈ ਮਰ ਜਾਂਦਾ ਜਾਂ ਪਰਿਵਾਰ ਦੇ ਵਿਛੜ ਜਾਂਦਾ ਕੁਝ ਚਬਾਰਾ ਪੈਂਦਾ ਨਹੀਂ ਫਿਰ ਢਾਉਣੇ ਪੈਂਦੇ ਨੇ ਜਿਹੜੀ ਚਵਾਰੇ ਵਾਲੀ ਤੁਹਾਡੀ ਸਥਿਤੀ ਆ ਉਹ ਤਾਂ ਮੇਰੀ ਵੀ ਉਮਰ 37 ਸਾਲ ਦੀ ਆ ਮੈਂ ਕਦੇ ਚਵਾਰਾ ਨਹੀਂ ਦੇਖਿਆ ਇੱਕ ਪਰਿਵਾਰ ਨੇ ਸਾਡੇ ਨੇ ਬਜ਼ੁਰਗਾਂ ਨੇ ਸਾਨੂੰ ਦੱਸੀ ਆ ਪਾਇਆ ਸੀ ਸਰਪੰਚ ਬਣੇ ਸੀਗੇ ਉਹ ਮਤਲਬ ਉਹ ਤੋਂ ਉਹ 6 ਮਹੀਨਿਆਂ ਦੇ ਅੰਦਰ ਅੰਦਰੇ ਉਹ ਚਵਾਰੇ ਪਹੁੰਚ ਤੋਂ 3 ਕੁ ਮਹੀਨਿਆਂ ਦੇ ਅੰਦਰ ਅੰਦਰੇ ਘਰ ਪੱਥਰ ਲਿਆਏ ਸੀਗੇ ਲਾਉਣ ਵਾਸਤੇ ਉਸੇ ਪੱਥਰ ਦੇ ਥੱਲੇ ਆ ਕੇ ਉਹਨਾਂ ਦੀ ਡੈਥ ਹੋ ਗਈ ਅੱਜ ਕੱਲ੍ਹ ਹਰ ਵਿਅਕਤੀ ਆਪਣੀ ਹੈਸੀਅਤ ਮੁਤਾਬਕ ਵੱਡੀਆਂ ਵੱਡੀਆਂ ਕਈ ਮੰਜ਼ਲਾਂ ਬਣਾ ਰਹੇ ਹਨ ਪਰ ਨਾਭਾ ਬਲਾਕ ਦਾ ਪਿੰਡ ਸਿਰਾਜਪੁਰ ਇੱਕ ਅਜਿਹਾ ਪਿੰਡ ਹੈ ਇਸ ਪਿੰਡ ਦਾ ਕੋਈ ਵੀ ਵਿਅਕਤੀ 2 ਮੰਜ਼ਲੀ ਇਮਾਰਤ ਨਹੀਂ ਬਣਾ ਸਕਦਾ ਕਿਉਂਕਿ ਜੇ ਕੋਈ ਵਿਅਕਤੀ ਚਵਾਰਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਉਸ ਘਰ ਵਿੱਚ ਕੋਈ ਨਾ ਕੋਈ ਅਣਹੋਣੀ ਵਾਪਰ ਜਾਂਦੀ ਹੈ ਜਿਸ ਕਰਕੇ ਪਿੰਡ ਵਿੱਚ ਕੋਈ ਵੀ ਚਵਾਰਾ ਨਹੀਂ ਬਣਾ ਰਿਹਾ ਇਸ ਪਿੰਡ ਦੀ ਆਬਾਦੀ ਕਰੀਬ 1100 ਹੈ ਪਰ ਜਦੋਂ ਦਾ ਇਹ ਪਿੰਡ ਆਬਾਦ ਹੋਇਆ ਹੈ ਇਸ ਪਿੰਡ ਵਿੱਚ ਹੁਣ ਤੱਕ ਚਵਾਰਾ ਨਹੀਂ ਬਣਾਇਆ ਗਿਆ ਕਿਉਂਕਿ ਜੇਕਰ ਕੋਈ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨਾਲ ਅਣਹੋਣੀ ਹੋ ਜਾਂਦੀ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਚਵਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਨਾ ਕੋਈ ਅਣਹੋਣੀ ਹੋ ਜਾਂਦੀ ਹੈ ਜਿਸ ਕਰਕੇ ਉਹ ਹੁਣ ਹੌਸਲਾ ਨਹੀਂ ਕਰਦੇ ਕਿ ਚਵਾਰਾ ਬਣਾਇਆ ਜਾ ਸਕੇ ਚਵਾਰਾ ਬਣਦਾ ਨਹੀਂ ਹੈਗਾ ਜੇ ਕੋਈ ਪਾਉਂਦਾ ਨੁਕਸਾਨ ਹੋ ਜਾਂਦਾ ਕੋਈ ਮਰ ਜਾਂਦਾ ਜਾਂ ਪਰਿਵਾਰ ਦੇ ਵਿਛੜ ਜਾਂਦਾ ਕੁਝ ਉਹ ਤੋਂ ਨੁਕਸਾਨ ਹੋ ਜਾਂਦੇ ਨੇ ਚਵਾਰਾ ਪੈਂਦਾ ਨਹੀਂ ਫਿਰ ਢਾਉਣੇ ਪੈਂਦੇ ਨੇ ਬਹੁਤ ਬੁਰਾ ਹਾਲ ਹੈ ਪਹਿਲਾਂ ਇੱਕ ਪਰਿਵਾਰ ਨੇ ਪਾਏ ਤੀ ਸਾਡੇ 'ਚੋਂ ਉਹ ਸਾਰੇ ਜੀ ਮਰ ਗਏ ਤੇ ਬਸ ਉਹ ਫਿਰ ਘਰ ਛੱਡ ਕੇ ਦੂਜੇ ਪਾਸੇ ਘਰ ਪਾ ਲਏ ਤੇ ਉਹਨਾਂ ਨੇ ਸਾਡੇ ਪਰਿਵਾਰ 'ਚ ਹੀ ਤੇ ਬਸ ਉਹ 2 ਕੁ ਵਧੀਆ ਰਹਿ ਗਏ ਤੇ 2 ਕੁ ਫਿਰ ਉਹ ਚਵਾਰਾ ਛੱਡ ਗਏ ਤੇ ਸਭ ਕੁਝ ਛੱਡ ਗਏ ਤੇ ਫਿਰ ਉਹ ਹੋਰ ਕਿਸੇ ਨੇ ਪਾਇਆ ਕਹਿੰਦੇ ਕਿਸੇ ਵਹਿਮ ਕਰਦੇ ਤੁਸੀਂ ਹੋਰ ਪਾਇਆ ਉਹਨਾਂ ਵੀ ਨੁਕਸਾਨ ਹੋਏ ਇੱਕ ਸਰਪੰਚ ਬਣ ਗਿਆ ਸੀ ਕਹਿੰਦਾ ਚਵਾਰਾ ਪਾਇਆ ਸੀ ਕਹਿੰਦਾ ਤੁਸੀਂ ਵਹਿਮ ਕਰਦੇ ਹੋ ਮੈਂ ਪਾਉਣਾ ਉਹ ਤਾਂ ਉਹ ਵੀ ਮਰ ਗਿਆ ਪੱਥਰ ਥੱਲੇ ਆ ਕੇ ਬਹੁਤ ਨੁਕਸਾਨ ਹੋਇਆ ਜ਼ਿਆਦਾ ਨੁਕਸਾਨ ਹੁੰਦਾ ਹੁਣ ਕੋਈ ਨਹੀਂ ਪਾ ਸਕਦਾ ਪਰ ਢਾਈ ਦਿੰਦੇ ਨੇ ਹੁਣ ਤਾਂ ਅੱਛਾ ਢਾਈ ਦਿੰਦੇ ਨੇ 3 ਕੁ ਪਰਿਵਾਰਾਂ ਨੇ ਬਣਾਏ ਤੇ ਉਹਨਾਂ ਨੇ ਨੁਕਸਾਨ ਹੋਇਆ ਉਹਨਾਂ ਦੇ ਕੋਈ ਨਹੀਂ ਚਵਾਰਾ ਬਣਾਉਂਦਾ ਇੱਕ ਨੇ ਬਣਾਇਆ ਤੀ 2 ਬੰਦਿਆਂ ਨੇ ਉਹਨਾਂ ਨੁਕਸਾਨ ਹੋ ਗਿਆ ਉਸ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਦਾ ਜੀ ਮਰ ਗਏ ਜਾਂ ਜਵਾਕ ਨਹੀਂ ਹੋਇਆ ਇੱਕ ਨਾ ਮਤਲਬ ਘਟਨਾ ਹੋਈਆਂ ਨੇ ਛੱਡਣਾ ਪੈ ਗਿਆ ਉਹਨਾਂ ਨੇ ਨਾ ਉਹ ਕਰਿਆ ਕਿਸੇ ਨੇ ਨਹੀਂ ਚਵਾਰਾ ਪਾਇਆ ਮੁੜ ਕੇ ਠੀਕ ਬਸ ਇਹੀ ਕੁਛ ਹੈ 1100 ਲੋਕਾਂ ਦੀ ਆਬਾਦੀ ਹੈ ਜੀ ਪਿੰਡ ਤਾਂ ਸਾਡਾ ਛੋਟਾ ਹੀ ਆ ਐਡਾ ਕੋਈ ਪਿੰਡ ਨਹੀਂ ਹੈਗਾ ਵੱਡਾ ਇਹ ਨੋਰਮਲ ਪਿੰਡ ਆ ਸਾਰੇ ਬੰਦੇ ਖੇਤੀਬਾੜੀ 'ਤੇ ਨਿਰਭਰ ਨੇ ਸਭ ਆਪਦਾ ਰੁਜ਼ਗਾਰ ਚਲਾ ਰਹੇ ਨੇ ਪਰਿਵਾਰ ਪਾਲਦੇ ਨੇ ਇੱਦਾਂ ਹੀ ਆ ਜਿਹੜੀ ਚਵਾਰੇ ਵਾਲੀ ਤੁਹਾਡੀ ਸਥਿਤੀ ਆ ਉਹ ਤਾਂ ਮੇਰੀ ਵੀ ਉਮਰ 37 ਸਾਲ ਦੀ ਆ ਮੈਂ ਕਦੇ ਚਵਾਰਾ ਨਹੀਂ ਦੇਖਿਆ ਇੱਕ ਪਰਿਵਾਰ ਨੇ ਸਾਡੇ ਨੇ ਬਜ਼ੁਰਗਾਂ ਨੇ ਸਾਨੂੰ ਦੱਸੀ ਆ ਪਾਇਆ ਸੀਗਾ ਸਰਪੰਚ ਬਣੇ ਸੀਗੇ ਉਹ ਮਤਲਬ ਉਹ ਤੋਂ ਉਹ 6 ਮਹੀਨਿਆਂ ਦੇ ਅੰਦਰ ਅੰਦਰੇ ਉਹ ਚਵਾਰੇ ਪਹੁੰਚ ਤੋਂ 3 ਕੁ ਮਹੀਨਿਆਂ ਦੇ ਅੰਦਰ ਅੰਦਰੇ ਘਰ ਪੱਥਰ ਲਿਆਏ ਸੀਗੇ ਲਾਉਣ ਵਾਸਤੇ ਉਸੇ ਪੱਥਰ ਦੇ ਥੱਲੇ ਆ ਕੇ ਉਹਨਾਂ ਦੀ ਡੈਥ ਹੋ ਗਈ ਮੁੜ ਕੇ ਉਹਨਾਂ ਨੇ ਚਵਾਰਾ ਰੱਖਿਆ 5-7 ਸਾਲ ਜਾਂ ਜ਼ਿਆਦਾ ਰੱਖਿਆ ਹੋਣਾ ਫਿਰ ਉਹਨਾਂ ਨੂੰ ਆਖਰ ਨੂੰ ਉਹ ਚਵਾਰਾ ਚਲੋ ਕੋਈ ਕਾਰਨ ਬਣੇ ਘਰ ਦੇ ਉਹਨਾਂ ਨੇ ਚਵਾਰਾ ਢਾਤਾ ਉਹ ਹੁਣ ਸਾਡੇ ਪਿੰਡ ਕੋਈ ਚਵਾਰਾ ਨਹੀਂ ਇੱਕ ਪਹਿਲਾਂ ਵੀ ਸੀਗਾ ਚਵਾਰਾ ਉਹ ਵੀ ਸਾਡੇ ਦੇਖਦੇ ਦੇਖਦੇ ਪਹਿਲਾਂ ਨੁਕਸਾਨ ਹੋਇਆ ਹੋਊਗਾ ਉਹਨਾਂ ਦੇ ਪਰਿਵਾਰ ਦਾ ਪਰ ਪਿੱਛੋਂ ਉਹਨਾਂ ਦੇ ਪਰਿਵਾਰ ਦਾ ਕੋਈ ਵਾਧਾ ਨਹੀਂ ਹੋਇਆ ਉਹਨਾਂ ਨੇ ਵੀ ਚਵਾਰਾ ਢਾਹਿਆ ਹਾਂ ਮਤਲਬ ਸਹਿਮ ਦਾ ਮਾਹੌਲ ਆ ਜੀ ਇੱਕ ਪਿੰਡ ਦੇ ਵਿੱਚ ਲੋਕ ਡਰਦੇ ਮਾਰੇ ਚਵਾਰਾ ਨਹੀਂ ਪਾਉਂਦੇ ਹੈਗੇ ਕਿਸੇ ਨੇ ਮਤਲਬ ਇੱਧਰ ਮਤਲਬ ਸੋਚਣ ਦੀ ਕੋਸ਼ਿਸ਼ ਨਹੀਂ ਕਰੀ ਜੀ ਕਿਉਂ ਜੇ ਤਾਂ ਬਾਹਲਾ ਟਾਈਮ ਲੱਗਿਆ ਹੁੰਦਾ ਫਿਰ ਤਾਂ ਪੁੱਛ ਲੈਂਦੇ ਤਾਂ ਹੁਣ 18-19 ਸਾਲਾਂ ਦੀਆਂ ਗੱਲਾਂ ਨੇ ਚਵਾਰਾ ਬਣਾਇਆ ਸੀ ਸਾਡੇ ਦੇਖਦੇ ਦੇਖਦੇ ਉਹਨਾਂ ਦੀ ਡੈਥ ਹੋ ਗਈ ਮੁੜ ਕੇ ਅਗਲੇ ਉਹਨਾਂ ਨੇ ਵੀ ਕਿਤੇ ਪੁੱਛ ਕੀ ਬਣਾਇਆ ਹੋਣਾ ਪਰ ਗੱਲ ਬਣੀ ਨਹੀਂ ਹੈ ਨਾ ਨੁਕਸਾਨ ਹੋ ਗਿਆ ਕਿਉਂਕਿ ਜੀਕਰ ਚਲੋ ਘਰੋਂ ਚਲਾ ਗਿਆ ਫਿਰ ਮੁੜ ਕੇ ਕਿਸੇ ਨੇ ਹਿੰਮਤ ਜੀ ਨਹੀਂ ਕੀਤੀ ਪਾਉਣ ਦੀ ਹੌਸਲੇ ਟੁੱਟ ਗਏ ਜੇ ਮਤਲਬ ਉਹ 1-2 ਸਾਲ ਉਹ ਹੋਰ ਲੰਘ ਜਾਂਦੇ ਨਾ ਕੋਈ ਘਟਨਾ ਵਾਪਰਦੀ ਤਾਂ ਹੋਰ ਲੋਕਾਂ ਦੇ ਹੌਸਲੇ ਬਣ ਜਾਣੇ ਸੀ ਘਰ ਬਣਾਉਣ ਦੇ ਉਹ ਵੀ ਚਵਾਰਾ ਬਣਾ ਲੈਂਦੇ ਮਤਲਬ ਕੰਪਲੀਟ ਕਰਨ ਦੀ ਤਿਆਰੀ ਸੀ ਪੱਥਰ ਲਾਉਣਾ ਸੀਗਾ ਘਰ ਦੇ ਉਹ ਪੱਥਰ ਲਿਆਏ ਸੀਗੇ ਆਪ ਜਾ ਕੇ ਉਹ ਰਾਜਸਥਾਨ ਤੂਰੇ ਲਾਉਂਦੇ ਤੇ ਉਹ ਵਿੱਚ ਆਪ ਵੜ ਗਏ ਟਰੱਕ ਦੇ ਵੀ ਮੈਂ ਲਾਉਣਾ ਦੇਖ ਕੇ ਬਸ ਉਹ ਇੱਕ ਪਾਸਿਓਂ ਲਹੀ ਗਿਆ ਉੱਤੇ ਆ ਕੇ ਪੱਥਰ ਗਿਰ ਗਿਆ ਤੇ ਉਹਨਾਂ ਦੀ ਮੌਕੇ 'ਤੇ ਡੈਥ ਹੋ ਗਈ ਪਹਿਲਾਂ ਬਜ਼ੁਰਗਾਂ ਨੇ ਦੱਸਿਆ ਬਾਈ ਨੇ ਦੱਸਿਆ ਨੇ
ਵੀ ਉਰੇ ਜੇ ਕੋਈ ਡਰ ਦਾ ਮਰਾ ਬਣਾਉਂਦੇ ਨਹੀਂ ਹੈਗਾ ਜੇ ਲੱਗਦਾ ਅਸੀਂ ਹੇਠੇ ਨੀਚੇ ਦੋ ਕਮਰੇ ਵੱਧ ਬਣਾ ਲੈਂਦੇ ਹਾਂ ਵੀ ਜੇ ਕੱਲ੍ਹ ਨੂੰ ਸਾਡਾ ਨੁਕਸਾਨ ਹੋ ਗਿਆ ਉਰੇ ਜੀ ਇਹ ਚਲਿਆ ਗਿਆ ਸਾਡਾ ਵੀ ਇਹਨੂੰ ਚਵਾਰੇ ਨੂੰ ਅਸੀਂ ਕੀ ਕਰਾਂਗੇ ਬਾਅਦ 'ਚ ਵੀ ਹੇਠੇ ਸਾਡਾ ਤਾਂ ਦੋ ਕਮਰੇ ਅਗਲਾ ਵੱਧ ਜਗ੍ਹਾ ਲੈ ਕੇ ਬਣਾ ਲੈਂਦਾ ਵੀ ਚਾਂਸ ਲੈਂਦਾ ਨਹੀਂ ਜੀ ਇਹ ਚੀਜ਼ ਦਾ ਅਗਲਾ ਦੇਖਦਾ ਨਹੀਂ ਵੀ ਅਸੀਂ ਬਣਾਈਏ ਘਟਨਾ ਹੁੰਦੀ ਹੈ ਜੀ ਰਿਸਕ ਨਹੀਂ ਲੈਂਦਾ ਜੀ ਕੋਈ ਇਹ ਚੀਜ਼ ਦਾ ਰਿਸਕ ਨਹੀਂ ਲੈਂਦਾ ਹੈਗਾ ਅਗਲਾ ਵੀ ਕਿਤੇ ਕੋਈ ਬਸ ਆਹੀ ਘਟਨਾ ਨਾ ਵਾਪਰ ਜੇ ਵੀ ਇਹਨੂੰ ਕੀ ਕਰਾਂਗੇ ਬਣਾ ਕੇ ਬਸ ਇਸ ਕਰਕੇ ਆਪ ਦੇਖਣੇ ਟਾਈਮ ਪਾਸ ਚੱਲ ਰਿਹਾ ਜੀ ਕੋਈ ਨਹੀਂ ਇਹਦਾ ਰਿਸਕ ਨਹੀਂ ਲੈਂਦਾ ਸ਼ੁਰੂ ਤੋਂ ਹੀ ਸਾਡੇ ਪਿੰਡ 'ਚ ਇਹ ਚੱਲਦਾ ਆਇਆ ਜੀ ਵੀ ਕੋਈ ਵੀ ਕਿਸੇ ਨੂੰ ਪੌੜੀ ਵੀ ਸੱਤੀ ਆ ਤਾਂ ਉਹ ਵੀ ਉਹਨੂੰ ਢਾਉਣੀ ਪਈ ਹੈ ਜੀ ਹੁਣ ਜਿਹੜੀ ਨਵੀਂ ਪੀੜ੍ਹੀ ਹੈ ਜੀ ਉਹ ਵੀ ਇਹੀ ਦੇਖ ਕੇ ਕੁਛ ਵੀ ਕੋਈ ਵੀ ਨਹੀਂ ਕਰ ਰਿਹਾ ਜੀ ਨਵੀਂ ਪੀੜ੍ਹੀ ਵਾਲਾ ਵੀ ਕੋਈ ਵੀ ਨੌਜਵਾਨ ਆਪਦਾ ਘਰ ਬਣਾਉਂਦੇ ਨੇ ਸਿਰਫ ਇੱਕ ਮੰਜ਼ਲੀ ਘਰ ਬਣਾਊਗਾ ਜੀ ਦੋ ਮੰਜ਼ਲੀ ਕੋਈ ਨਹੀਂ ਬਣਾਉਂਦਾ ਜੀ ਡਬਲ ਸੱਤ ਜਾਣੀ ਕਿ ਕੋਈ ਨਹੀਂ ਪਾ ਸਕਦਾ ਜੀ ਕਿਉਂਕਿ ਮੌਤ ਤੋਂ ਉੱਪਰ ਤਾਂ ਕੁਛ ਹੈ ਨਹੀਂ ਹੈ ਜੀ ਜਦੋਂ ਆਪਣੇ ਮੁਖੀ ਦੀ ਉਹ ਮੌਤ ਹੋ ਜਾਂਦੀ ਹੈ ਜੀ ਉਹ ਤੋਂ ਉੱਪਰ ਹੋਰ ਕੁਛ ਨਹੀਂ ਹੈਗਾ ਜੀ ਠੀਕ ਹੈ ਪਿੰਡ ਦੇ ਨੌਜਵਾਨਾਂ 'ਚ ਹੈ ਤਾਂ ਬਹੁਤ ਸੀ ਵੀ ਅਸੀਂ ਵੀ ਦੋ ਦੋ ਡਬਲ ਡਬਲ ਮੰਜ਼ਲੀ ਕੋਠੀ ਪਾਈਏ ਕਿਉਂਕਿ ਸਾਨੂੰ ਵੀ ਬਹੁਤ ਸ਼ੌਂਕ ਸੀਗਾ ਪਰ ਉਹ ਸਿੰਪਲ ਘਰ ਨਹੀਂ ਸਾਡੇ ਅਸੀਂ ਪਾ ਨਹੀਂ ਸਕਦੇ ਮਜਬੂਰੀ ਆ ਸਾਡੀ ਪਸਾਣੇ ਹੋਣੀ ਜੀ ਇਹੀ ਹੈ ਪਹਿਲਾਂ ਵੀ ਇਹ ਖਬਰ ਆਈ ਤੀ ਆਪਣੇ ਵੀ ਇਹੀ ਚਵਾਰੇ ਦਾ ਜੀ ਵਿੱਚ ਇਹਦਾ ਨੁਕਸਾਨ ਸੀਗਾ ਬੱਚਿਆਂ ਨੂੰ ਲਾਦ ਦੀ ਘਾਟ ਪੈਂਦੀ ਤੀ ਬਸ ਇਹ ਚਵਾਰਾ ਜਦ ਤੋਂ ਘਟਾ ਤਾਂ ਉਹਨਾਂ ਨੇ ਬੱਚਾ ਹੋ ਗਿਆ ਫਿਰ ਮੌਤ ਵੀ ਹੋਈ ਹੈ ਜਿਹਨੇ ਕਿਸੇ ਨੇ ਚਵਾਰਾ ਵੀ ਮੌਤ ਤਾਂ ਜੀ ਉਹਦਾ ਡੈਡੀ ਦੀ ਪਹਿਲਾਂ ਹੀ ਹੋ ਗਈ ਤੀ ਹੋਇਆ ਚਵਾਰਾ ਪਾਏ ਤੀ ਅੱਛਾ ਹਾਂ ਉਹ ਦਬਾਅ 'ਚ ਨਹੀਂ ਸਾਰੇ ਪਿੰਡ ਦੇ ਵਿੱਚ ਕਿਸੇ ਦੇ ਵੀ ਚਵਾਰਾ ਨਹੀਂ ਹੈਗਾ ਨਾ ਜੀ ਕੋਈ ਚਵਾਰਾ ਨਹੀਂ ਕਿੰਨੇ ਘਰ ਨੇ ਪਿੰਡ ਦੇ ਵਿੱਚ ਘਰ ਤਾਂ ਜੀ ਹੁਣ ਆਪਣੇ ਉਹਨਾਂ ਦਾ 80-90 ਘਰ ਨੇ ਜੱਟਾਂ ਦੇ ਚਵਾਰਾ ਨਹੀਂ ਪਰ ਕਿਸੇ ਦੇ ਕਿਸੇ ਦੇ ਨਹੀਂ ਚਵਾਰਾ ਨਾ ਇਹ ਕਿੰਨੇ ਟਾਈਮ ਤੋਂ ਇਸ ਤਰ੍ਹਾਂ ਦਾ ਜੋ ਚੱਲ ਰਿਹਾ ਹੈ ਦੇਖੋ ਜੀ ਪਹਿਲਾਂ ਦੇ ਹੀ ਆ ਹੁਣ ਆਪ ਦੇ ਆਉਣ ਤੋਂ ਮੈਂ ਤਾਂ 40 ਸਾਲ ਤਾਂ ਮੇਰੇ ਵਿਆਹ ਨੂੰ ਵੀ ਹੋ ਗਏ ਠੀਕ ਹੈ ਅੱਛਾ ਹਾਂਜੀ ਪਹਿਲਾਂ ਦੀ ਗੱਲ ਹੈ ਇਹ ਬਾਅਦ 'ਚ ਪਾਏ ਤੇ ਜਿਹੜਾ ਇੱਕ ਅੱਧਾ ਪਿਆ ਤੀ ਆਪਣੇ ਤਾਂ ਬੱਚੇ ਖਾਸ ਕਰਕੇ ਡਰਦੇ ਨੇ ਹਾਂਜੀ ਬਾਕੀ ਦੇਖੋ ਹੋਰ ਪੁੱਛ ਲਿਓ ਕਿਸੇ ਨੂੰ ਸਿਆਣਿਆਂ ਨੂੰ ਕਿਸੇ ਨੂੰ ਪਤਾ ਹੋਵੇ ਪਤਾ ਨਹੀਂ ਜੀ ਆ ਪਿੱਛੇ ਦੀਆਂ ਗੱਲਾਂ ਨੇ ਮੈਂ ਤਾਂ ਕੁਛ ਕਹਿ ਨਹੀਂ ਸਕਦੀ ਜੀ ਪਹਿਲਾਂ ਦੇ ਹੀ ਹੈ ਰੀਤੀ ਰਿਵਾਜ਼ ਜੋ ਹੋਏ ਨੇ ਅਸੀਂ 8 ਫੁੱਟੀ ਕੰਧ ਬਣਾਈ ਸੀ ਅਤੇ ਉਹ ਦੁਬਾਰਾ ਗਿਰ ਗਈ ਫਿਰ ਇੱਕ ਵਾਰੀ ਫਿਰ ਚੱਕਤੀ ਮਿਸਤਰੀ ਨੇ ਸਮਿੰਟ ਦੇ ਵਿੱਚ ਉਹ ਫਿਰ ਗਿਰ ਗਈ ਜੀ ਅਤੇ ਫਿਰ ਅਸੀਂ ਬੜੇ ਬਾਬਾ ਜੀ ਤੋਂ ਬਚਨ ਕਰਾਏ ਜੀ ਫਿਰ ਠੀਕ ਹੋਇਆ ਸਾਡਾ ਕੰਮ ਜੀ ਚਵਾਰਾ ਫਿਰ ਮੁੜ ਕੇ ਤੁਸੀਂ ਪਾਈ ਨਹੀਂ ਹੈਗਾ ਨਾ ਜੀ ਨਾ ਚਵਾਰਾ ਤਾਂ ਅਸੀਂ ਪਾਉਣਾ ਪੈਂਦਾ ਹੀ ਨਹੀਂ ਜੇ ਪਿੰਡ ਵਿੱਚ ਚਵਾਰਾ ਤਾਂ ਬਿਲਕੁਲ ਨਹੀਂ ਪੈਂਦਾ ਹੈਗਾ ਜਿਵੇਂ ਤੁਸੀਂ ਕਹ ਰਹੇ ਹੋ ਕੰਧ ਟੈ ਗਈ ਸੀ ਫਿਰ ਉਹ ਤਾਂ ਜੀ ਸ਼ੋਅ ਦੀਆਂ ਕੰਧਾਂ ਸੀ ਜੀ ਉਹ ਤਾਂ ਅੱਛਾ ਉਹ ਸ਼ੋਅ ਦੀ ਕੰਧ ਵੀ ਨਹੀਂ ਪੈ ਰਹੀ ਹੈਗੀ ਹਾਂ ਪੈ ਨਹੀਂ ਰਹੀ ਸੀ ਜੀ ਅੱਛਾ ਜੀ ਦੋ ਵਾਰ ਗਿਰ ਗਈ ਜੀ ਉਹ ਫਿਰ ਮੁੜ ਕੇ ਚਵਾਰਾ ਤਾਂ ਤੁਸੀਂ ਸੋਚ ਨਹੀਂ ਸਕਦੇ ਹਾਂ ਜੀ ਨਹੀਂ ਚਵਾਰਾ ਤਾਂ ਜੀ ਪੈਂਦਾ ਨਹੀਂ ਹੈਗਾ ਬਿਲਕੁਲ ਹੀ ਨਹੀਂ ਪੈਂਦਾ ਚਵਾਰਾ ਤਾਂ ਜਿੰਨੇ ਚਵਾਰਾ ਪੈਂਦਾ ਨੁਕਸਾਨ ਹੋ ਜਾਂਦਾ ਜੀ ਪਤਾ ਨਹੀਂ ਜੀ ਬਾਈ ਪਿਛਲੀ ਬਜ਼ੁਰਗਾਂ ਦਾ ਕੁਛ ਕਹਿਣਾ ਇਹ